जमा नैणे दावन नूं खास करके भी पत्ती च इत्थे बणन दी कोशिश करे, जे आ वी उदू पहला साडा कम्म चला दे, साडे लई कोई चोण जापता नहीं, आही साडे लई दिन कम्म कराउंदे ने। इत्थे सारी पत्ती ने पाणी दीआं चूणीआं चक के इह कसम खाधी अज्ज ਵੀ ਜੇ ਆਊਗੀ ਕੰਮ ਉਦੋਂ ਪਹਿਲਾਂ ਚੱਲੂਗਾ ਤਾਂ ਅਸੀਂ ਵੋਟ ਪਾਵਾਂਗੇ, ਨਹੀਂ ਇੱਥੇ ਵੜਨ ਨਹੀਂ ਦਿੰਦੇ। ਸਰਪੰਚ ਨੂੰ ਅਸੀਂ ਮਿਲਿਆ, ਸਰਪੰਚ ਨੂੰ ਅੱਜ ਵੀ ਫੋਨ ਕਰਿਆ, ਫੋਨ ਨਹੀਂ ਜਾਗਦਾ ਸਰਪੰਚ ਦਾ। ਸਰਪੰਚ ਲਵੇ ਜਾ ਕੇ ਆਇਆ, ਇੱਥੋਂ ਮੋਟਰਸਾਈਕਲ ਦੇ ਕੇ ਭੇਜਿਆ ਬੰਦਾ, ਸਰਪੰਚ ਆਇਆ ਨਹੀਂ ਹੈਗਾ। ਸਾਡਾ ਮਸਲਾ ਹੱਲ ਕਰ ਦੇਣਗੇ ਤਾਂ ਅਸੀਂ ਵੋਟ ਪਾ ਦਾਂਗੇ, ਨਹੀਂ ਪਾਉਂਦੇ ਨਹੀਂ। ਆ ਸਾਰੀ ਪੱਤੀ ਖੜੀ ਹੈਗੀ, ਪੁੱਛ ਲਓ ਕਿਸੇ ਮਰਜ਼ੀ ਨੂੰ, ਨਹੀਂ ਵੋਟ ਨਹੀਂ ਪੈਂਦੀ। ਕਹਿੰਦਾ ਜੀ ਸਾਡਾ ਥਾਈ ਵਾਰੀ ਵਿਚਾਰ ਹੈ ਵੀ ਸਾਨੂੰ ਤਾਂ 45 ਸਾਲ ਹੋ ਗਏ ਨੂੰ ਬਣੀ ਨੂੰ, ਸਮੇਂ ਨਾਲ ਇਹ ਭਰਤਾਂ ਪਈ ਗਏ ਨੇ, ਨੀਵੀਂ ਹੋ ਗਈ। ਉਦੋਂ ਬਾਅਦ ਇਹਦੇ ਕਹਿੰਦੀ ਕੋਈ ਝਾਕਦਾ ਨਹੀਂ, ਜੇ ਕੋਈ ਲੀਡਰ ਆਉਂਦਾ ਅਸੀਂ ਇਹਦੀ ਮੰਗ ਕਰਦੇ ਹਾਂ ਤਾਂ ਸਾਨੂੰ ਲੱਕੜ ਦਾ ਮੁੰਡਾ ਦੇ ਕੇ ਤੁਰੇ ਜਾਂਦੇ ਨੇ, ਕੋਈ 5 ਲੱਖ ਕਹਿੰਦੇ ਅਤੇ ਕਦੇ 7 ਕਹਿੰਦੇ ਨੇ। ਹੁਣ ਅਸੀਂ ਵਿਚਾਰ ਕਰੇ, ਸਰਪੰਚ ਕੋਲ 2-3 ਵਾਰੀ ਗਿਆ, ਅਸੀਂ ਦਮਨ ਕੋਲ ਵੀ ਗਏ ਤੇ ਤਾਂ ਉਹਨੇ ਕਿਹਾ ਵੀ ਤੁਹਾਡੀ 7 ਲੱਖ ਦਾ ਥਾਈ ਨੂੰ ਦੇਵਾਂਗੇ, ਇੱਕ ਬੀਹੀ 'ਚ ਉਹਦੇ ਖਾਤਰ ਵੀ ਅਸੀਂ ਕੋਈ ਚਾਲ ਬਣਾਵਾਂਗੇ। ਮੇਰਾ ਨਾਮ ਵੀਰੇ ਜਸਪ੍ਰੀਤ ਦਾਸ, ਸਾਡਾ ਕਹਿਣਾ ਇਹੀ ਹੈ 8 ਤਰੀਕ ਨੂੰ ਹੈ ਨਾ ਚੋਣ ਜਾਬਤਾ ਲੱਗਿਆ, ਉਹ ਤੋਂ 2-4 ਦਿਨ ਪਹਿਲਾਂ ਆਈ ਦਮਨ ਇੱਥੇ, ਉਹਨਾਂ ਨੇ ਆ ਕੇ ਸਾਨੂੰ ਇੱਥੇ ਚੈੱਕ ਦਿੱਤਾ ਅਤੇ ਜੋ ਵੀ ਹੈ ਨਾ 17.5 ਲੱਖ ਰੁਪਈਏ ਦਾ ਕਹਿੰਦੇ ਉਸਨੂੰ ਚੈੱਕ ਦਿੱਤਾ। ਉਹਨਾਂ ਨੇ ਦਿੱਤਾ ਕਿ ਉਦੋਂ ਬਾਅਦ ਚੋਣ ਜਾਬਤਾ ਲੱਗ ਗਿਆ, ਉਹ ਸਾਡੀ ਪੱਤੀ ਵੀ ਗਈ ਵੀਡੀਓ ਲਵੇ, ਉੱਥੇ ਵੀ ਉਹ ਅਸੀਂ ਦੇਣ ਦਾ 2 ਦਿਨ ਪਹਿਲਾਂ ਕਾਰਨ ਕੀ ਸੀ ਹੈ ਨਾ ਵੀ ਉਹੀ ਮੂਰਖ ਬਣਾਉਣ ਵਾਲੀ ਜਿਵੇਂ ਹਰ ਵਾਰ ਬਣਾਉਂਦੇ ਨੇਗੇ, ਪਰ ਇਸ ਵਾਰ ਸਾਡੇ ਸਾਰੇ ਨਾਲ ਪੱਤੀ ਇਕੱਠੀ ਹੈਗੀ, ਇਸ ਵਾਰ ਅਸੀਂ ਮੂਰਖ ਨਹੀਂ ਬਣਦੇ। ਅਤੇ ਸਾਡੇ ਐਲਾਨ ਹੈ ਸਿਰਫ ਜਮਾਂ ਨੈਣੇ ਦਾਮਨ ਨੂੰ ਖਾਸ ਕਰਕੇ ਵੀ ਪੱਤੀ 'ਚ ਇੱਥੇ ਬਣਨ ਦੀ ਕੋਸ਼ਿਸ਼ ਕਰੇ, ਜੇ ਆ ਵੀ ਉਦੋਂ ਪਹਿਲਾਂ ਸਾਡਾ ਕੰਮ ਚਲਾ ਦੇ, ਸਾਡੇ ਲਈ ਕੋਈ ਚੋਣ ਜਾਬਤਾ ਨਹੀਂ, ਆਹੀ ਸਾਡੇ ਲਈ ਦਿਨ ਕੰਮ ਕਰਾਉਂਦੇ ਨੇ। ਇੱਥੇ ਸਾਰੀ ਪੱਤੀ ਨੇ ਪਾਣੀ ਦੀਆਂ ਚੂਣੀਆਂ ਚੱਕ ਕੇ ਇਹ ਕਸਮ ਖਾਧੀ ਅੱਜ ਵੀ ਜੇ ਆਊਗੀ ਕੰਮ ਉਦੋਂ ਪਹਿਲਾਂ ਚੱਲੂਗਾ ਤਾਂ ਅਸੀਂ ਵੋਟ ਪਾਵਾਂਗੇ, ਨਹੀਂ ਇੱਥੇ ਵੜਨ ਨਹੀਂ ਦਿੰਦੇ। ਸਰਪੰਚ ਨੂੰ ਅਸੀਂ ਮਿਲਿਆ, ਸਰਪੰਚ ਨੂੰ ਅੱਜ ਵੀ ਫੋਨ ਕਰਿਆ, ਫੋਨ ਨਹੀਂ ਜਾਗਦਾ ਸਰਪੰਚ ਦਾ। ਸਰਪੰਚ ਲਵੇ ਜਾ ਕੇ ਆਇਆ, ਇੱਥੋਂ ਮੋਟਰਸਾਈਕਲ ਦੇ ਕੇ ਭੇਜਿਆ ਬੰਦਾ, ਸਰਪੰਚ ਆਇਆ ਨਹੀਂ ਹੈਗਾ। ਸਾਡਾ ਮਸਲਾ ਹੱਲ ਕਰ ਦੇਣਗੇ ਤਾਂ ਅਸੀਂ ਵੋਟ ਪਾ ਦਾਂਗੇ, ਨਹੀਂ ਪਾਉਂਦੇ ਨਹੀਂ। ਆ ਸਾਰੀ ਪੱਤੀ ਖੜੀ ਹੈਗੀ, ਪੁੱਛ ਲਓ ਕਿਸੇ ਮਰਜ਼ੀ ਨੂੰ, ਨਹੀਂ ਵੋਟ ਨਹੀਂ ਪੈਂਦੀ। ਕਹਿੰਦਾ ਤਾਂ ਜੀ ਸਾਡਾ ਥਾਈ ਵਾਰੀ ਵਿਚਾਰ ਹੈ ਵੀ ਸਾਨੂੰ ਤਾਂ 45 ਸਾਲ ਹੋ ਗਏ ਨੂੰ ਬਣੀ ਨੂੰ, ਸਮੇਂ ਨਾਲ ਇਹ ਭਰਤਾਂ ਪਈ ਗਏ ਨੇ, ਨੀਵੀਂ ਹੋ ਗਈ। ਉਦੋਂ ਬਾਅਦ ਇਹਦੇ ਕਹਿੰਦੀ ਕੋਈ ਝਾਕਦਾ ਨਹੀਂ, ਜੇ ਕੋਈ ਲੀਡਰ ਆਉਂਦਾ ਅਸੀਂ ਇਹਦੀ ਮੰਗ ਕਰਦੇ ਹਾਂ ਤਾਂ ਸਾਨੂੰ ਲੱਕੜ ਦਾ ਮੁੰਡਾ ਦੇ ਕੇ ਤੁਰੇ ਜਾਂਦੇ ਨੇ, ਕੋਈ 5 ਲੱਖ ਕਹਿੰਦੇ ਅਤੇ ਕਦੇ 7 ਕਹਿੰਦੇ ਨੇ। ਹੁਣ ਅਸੀਂ ਵਿਚਾਰ ਕਰੇ, ਸਰਪੰਚ ਕੋਲ 2-3 ਵਾਰੀ ਗਿਆ, ਅਸੀਂ ਦਮਨ ਕੋਲ ਵੀ ਗਏ ਤੇ ਤਾਂ ਉਹਨੇ ਕਿਹਾ ਵੀ ਤੁਹਾਡੀ 7 ਲੱਖ ਦਾ ਥਾਈ ਨੂੰ ਦੇਵਾਂਗੇ, ਇੱਕ ਬੀਹੀ 'ਚ ਉਹਦੇ ਖਾਤਰ ਵੀ ਅਸੀਂ ਕੋਈ ਚਾਲ ਬਣਾਵਾਂਗੇ। ਉੱਥੋਂ ਬਾਅਦ ਸਰਪੰਚ ਦੇ ਅਸੀਂ ਦੁਬਾਰੇ ਫੇਰ ਗਏ, ਉਹਦੇ ਦਮਨ ਆਪ ਆਈ ਤੀ, ਉਹ 5 ਲੱਖ ਦਾ ਚੈੱਕ ਦੇ ਗਈ, ਪਰ ਹਜੇ ਸਰਪੰਚ ਨੂੰ ਅਸੀਂ 2 ਵਾਰੀ ਸੱਦਿਆ, ਸਰਪੰਚ ਸਾਨੂੰ ਕੋਈ ਰਾਹ ਨਹੀਂ ਦੇ ਰਿਹਾ। ਕਹਿੰਦਾ ਵੀ ਹਾਂ ਆਵਾਂਗੇ, ਹਜੇ ਉਹ ਉਹਨੇ ਇੱਥੇ ਤੱਕ ਵੀ ਕਹਿਤਾ ਵੀ ਹੋ ਸਕਦਾ ਮਿਸ ਵੀ ਵੱਜ ਜੇ, ਮਗਰੋਂ ਚੋਣ ਜਾਬਤਾ ਲੱਗ ਗਿਆ ਸਾਡੇ ਕੋਲ ਨਾ ਵੀ ਕੁਛ ਆਵੇ, ਵੀ ਇੰਨਾ ਕੁ ਸਾਡਾ ਵਿਚਾਰ ਹੈ ਜੇ ਕੋਈ ਹੋਰ ਆਊਗਾ ਤਾਂ ਆਪਦੀ ਆਪ ਨੂੰ ਸੋਚ ਕੇ ਆਵੇ। ਅਸੀਂ ਮੈਣੋ ਪੱਤੀ 'ਚ ਕਿਸੇ ਵੀ ਮੰਤਰੀ ਨੂੰ ਕਿਸੇ ਲੀਡਰ ਨੂੰ ਅਸੀਂ ਵੋਟਾਂ ਲਈ ਨਹੀਂ ਵੜਨ ਦੇਣਾ, ਸਾਡਾ ਪਹਿਲਾਂ ਵੀ ਵਿਚਾਰ ਤੇ ਹੁਣ ਵੀ ਹੈ, ਜੋ ਸਾਨੂੰ ਤਾਂ ਉਹ ਚੰਗਾ ਲੱਗੂ ਜੇ ਕੋਈ ਤਾਂ 10 ਰੁਪਈਏ ਲਾਊਗਾ, ਨਹੀਂ ਲਾਉਣੇ ਤਾਂ ਉਰੇ ਆਉਣ ਦਾ ਕੋਸ਼ਟ ਬਣਾ ਕਰੇ। ਕੀ ਨਾਮ ਹੈ ਵੀਰੇ? ਮੇਰਾ ਨਾਮ ਕੁਲਦੀਪ ਸਿੰਘ ਹੈ। ਅੱਜ ਤੁਸੀਂ ਇਕੱਠੇ ਹੋਏ ਪੱਤੀ ਦੇ ਲੋਕ, ਕੀ ਕਾਰਨ ਹੈ ਵੀਰੇ? ਅਸੀਂ ਪੱਤੀ ਦੇ ਲੋਕ ਇਕੱਠੇ ਤਾਂ ਹੋਏ ਹਾਂ, ਪਰ ਉਹ ਸਾਡੇ ਵੈਸੇ ਤਾਂ 10-15 ਸਾਲ ਹੋ ਗਿਆ ਪਾਰਕ ਬਣ ਰਿਹਾ ਹੈਗਾ, ਅਤੇ ਇੱਥੇ ਵੈਸੇ ਗਰਾਊਂਡ ਤੀਗਾ ਵੀ ਚੱਲ ਖੇਡਿਆ ਕਰਨਗੇ, ਜਵਾਕਾਂ ਆਉਣ ਵਾਲਾ ਭਵਿੱਖਾ ਦੇਖ ਲਓ, ਛੋਟੇ ਛੋਟੇ ਇਹਨਾਂ ਨੇ ਵਿਚਾਰਿਆਂ ਨੇ ਉਰੇ ਕੀ ਖੇਡਣਾ, ਕਿਉਂਕਿ 10-10 ਸਾਲਾਂ 'ਚ ਤਾਂ 1-1 ਕੰਧ ਨਿਕਲਦੀ ਹੈ। ਹਲੇ ਸਰਪੰਚ ਕੰਮ ਕਰ ਰਿਹਾ ਹੈਗਾ, ਕੰਧਾਂ ਕੱਢ ਰਿਹਾ ਹੈਗਾ, ਕੰਧਾਂ ਕੱਢਣ ਤੋਂ ਪਹਿਲਾਂ ਆਹ ਦੇਖ ਲਓ ਪਾਥੀਆਂ ਰੱਖਦੀਆਂ ਉੱਪਰ। ਦੂਜਾ ਮਸਲਾ ਸਾਡਾ ਟੋਬੇ ਦਾ, ਕਿਉਂਕਿ ਟੋਬਿਆਂ ਬਾਰੇ ਅਸੀਂ ਪਹਿਲਾਂ ਵੀ ਵੀਰੇ ਬਹੁਤ ਨੂੰ ਕਹਿ ਚੁੱਕਿਆਂਗੇ ਵੀ ਮਤਲਬ ਜਿਹੜਾ ਛੱਪੜ ਦਾ ਪਾਣੀ ਹੈ ਇਹ ਕਿਸੇ ਪਾਸੇ ਨਿਕਲਦਾ ਹੋ ਜਾਵੇ ਨਾ ਤਾਂ ਇਹ ਨਿਕਲਦਾ ਹੋਇਆ, ਇਹਦੇ ਕਰਕੇ ਮਤਲਬ ਬਹੁਤ ਜ਼ਿਆਦਾ ਯਾਰ ਬਿਮਾਰੀਆਂ ਨੇ ਸਾਡੇ ਪਿੰਡ 'ਚ, ਬਹੁਤ ਲੋਕ ਕਾਲੀ ਪੀਲੀ ਦੇ ਸ਼ਿਕਾਰ ਨੇ, ਹੱਥ ਤੋਂ ਵੱਧ ਸ਼ਿਕਾਰ ਹੀ ਨੇ। ਪ੍ਰੋਜੈਕਟ ਵੀਰੇ ਆਹ ਲੱਗਿਆ ਹੋਇਆ ਸਾਹਮਣੇ ਦੇਖ ਲਓ, ਇਹਦੇ ਉੱਤੇ 1 ਕਰੋੜ ਰੁਪਈਆ ਪ੍ਰੋਜੈਕਟ ਵਾਸਤੇ 1 ਕਰੋੜ ਰੁਪਈਆ ਆ ਚੁੱਕਿਆ, ਪਰ ਇਹ 6 ਕਿੱਲੇ 2 ਬਿਘਿਆਂ 'ਚ ਦੀ, ਹੁਣ 2 ਕੁ ਬਿਘਿਆਂ 'ਚ ਹੀ ਰਹਿ ਚੁੱਕਿਆ, 6 ਕਿੱਲੇ ਤਾਂ ਰੁਕ ਗਏ। ਅਤੇ ਉੱਦਣ ਵੀ ਮੈਂ 1 ਦਿਨ ਪਹਿਲਾਂ ਦਮਨ ਆਈ ਦੀ ਮਤਲਬ ਇੱਥੇ ਚੈੱਕ ਦੇ ਕੇ ਗਈ 1.5 ਲੱਖ ਦਾ, ਕਹਿੰਦੇ ਵੀ ਆਪਣੇ ਥਾਈ ਵਾਸਤੇ, ਅਤੇ ਉਹ ਚੈੱਕ ਤਾਂ ਦੇ ਗਈ, ਚਲੋ ਉਹ ਚੈੱਕ ਹੀ ਰਹਿਣਾ ਮੈਨੂੰ ਐਵੇਂ ਪਤਾ ਹੈਗਾ, ਅਤੇ ਉਹ ਲੱਗਣਾ ਕੁਛ ਨਹੀਂ ਹੈਗਾ, ਕਿਉਂਕਿ ਪਹਿਲਾਂ ਹੀ ਬਹੁਤ ਵਾਰੀ ਚੈੱਕ ਆ ਚੁੱਕੇ ਨੇ ਸਾਡੇ, ਅਤੇ ਉਹ ਕਿਉਂਕਿ ਉਹਨਾਂ ਦਾ ਪਲਾਨ ਹੁੰਦਾ ਯਾਰ ਸਾਰਾ ਮਥਿਆ ਹੋਇਆ, ਕਿਉਂਕਿ 5 ਸਾਲ ਤਾਂ ਪਹਿਲਾਂ ਆਈਆਂ ਨੇਗੇ, 5-7 ਦਿਨ ਪਹਿਲਾਂ ਆਏ ਵੀ, ਕਿਉਂਕਿ ਆਪਾਂ ਹੁਣ ਇਹਨੂੰ ਚੈੱਕ ਤਾਂ ਦੇ ਦੇਣੇ, ਉਦੋਂ ਬਾਅਦ ਚਲੋ ਚੋਣ ਜਾਬ ਤਾਂ ਲੱਗ ਜੂਗਾ, ਆਪਣੇ ਚੈੱਕ ਇੱਥੇ ਰਹਿ ਜਾਣੇ, ਚੈੱਕ ਬਾਊਂਸ ਹੋ ਜਾਣੇ ਨੇ, ਉਦੋਂ ਬਾਅਦ ਉਹ ਚੈੱਕ ਆਪਦੇ ਵਾਪਸ ਕਰਾ ਲੈਣਗੇ। ਹੁਣ ਪਿੰਡ ਨੇ ਕੀ ਫੈਸਲਾ ਕੀਤਾ? ਪਿੰਡ ਨੇ ਵੀਰੇ ਇਹੀ ਫੈਸਲਾ ਕੀਤਾ ਵੀ ਅਸੀਂ ਆਪਦੇ ਲਵੋਂ ਪੈਸੇ ਪਾ ਲਾਂਗੇ, ਪਰ ਕਿਸੇ ਨੂੰ ਵੋਟ ਨਹੀਂ ਪਾਉਂਦੇ, ਬਾਈਕਾਟ ਕਰੋ, ਬਾਈਕਾਟ ਕਰਾਂਗੇ ਵੀਰੇ, ਪੱਕੇ ਤੌਰ 'ਤੇ ਬਾਈਕਾਟ ਕਰਾਂਗੇ, ਕਿਸੇ ਨੂੰ ਵੋਟਾਂ ਨਹੀਂ ਪਾਉਂਦੇ ਹੈਗੇ, ਜਿਹੜਾ ਕੋਈ ਆਊਗਾ ਸੋਚ ਸਮਝ ਕੇ ਆਵੇ। ਅਸੀਂ ਤਾਂ ਇਹ ਕਹਿੰਦੇ ਵੀ ਸਾਡੇ ਲੀਡਰਾਂ ਵਾਲੇ ਸਾਰੀਆਂ ਪਾਵਰਾਂ ਹੁੰਦੀਆਂ ਨੇ, ਸਾਰੇ ਲੀਡਰਾਂ ਨੇ ਕੀ ਕਰਨਾ, ਪਹਿਲਾਂ ਤਾਂ ਪੈਸੇ ਸਰਪੰਚ ਨੂੰ ਪਾ ਦੇ, ਸਰਪੰਚ ਵੀਡੀਓ ਕਰਕੇ ਦੇਊਗਾ,
ਇਹ ਕਰੂਗਾ ਵੋ ਕਰੂਗਾ ਪਾਸ ਹੋਣਗੇ ਪਾਸ ਪੂਸ ਕੁਛ ਨਹੀਂ ਹੋਣੇ ਹੈਗੇ ਕਿਉਂਕਿ ਜੇ ਪੈਸੇ ਹੋਣ ਤਾਂ ਉਹ ਪਾਸ ਹੋਣ ਕਿਉਂਕਿ ਪੈਸੇ ਨੇਗੇ ਉਹ ਨੋਰਮਲੀ ਲਿਖਿਆ ਹੋਈ ਹੈ ਚੈੱਕ ਦੇ ਉੱਤੇ ਸਰਪੰਚ ਵੀਰੇ ਕਹਿ ਰਿਹਾ ਕਹਿੰਦਾ ਮੈਂ ਬਹੁਤ ਸਖਤ ਬਿਮਾਰ ਹਾਂ ਮੈਂ ਆ ਨਹੀਂ ਸਕਦਾ ਅਸੀਂ ਅੱਜ ਸਾਰੀ ਪੱਤੀ ਇਹਨਾਂ ਨੂੰ ਆਖਿਆ ਵੀ ਬਈ ਆ ਕੇ ਸਾਨੂੰ ਦੱਸ ਵੀ ਕੰਮ ਚੱਲੂਗਾ ਕਿ ਨਾ ਚੱਲੂਗਾ ਸਰਪੰਚ ਕਹਿੰਦਾ ਵੀ ਹੋ ਸਕਦਾ ਚੱਲ ਪਏ ਨਾ ਨਹੀਂ ਪਤਾ ਇਹ ਚੈੱਕ ਵਾਪਸ ਹੋ ਜੇ ਉਹ ਦਮਨ ਨੂੰ ਸ਼ਾਇਦ ਚੈੱਕ ਵਾਪਸ ਕਰੂਗਾ ਸਾਡੇ ਕੰਮ ਕੁੰਮ ਤਾਂ ਚੱਲਦਾ ਨਹੀਂ ਹੈਗਾ ਦਮਨ ਕਹਿ ਗਈ ਇਹ ਹਾਂ ਦਮਨ ਕਹਿ ਗਈ ਵੀ ਕੰਮ ਚੱਲੂਗਾ ਸਰਪੰਚ ਕਹਿੰਦਾ ਕੰਮ ਨਹੀਂ ਚੱਲਦਾ ਚੈੱਕ ਵਾਪਸ ਹੋਊਗਾ ਨਾ ਤਾਂ ਮੰਨ ਲਓ ਅੱਜ ਸੱਤ ਅੱਠ ਤਰੀਕ ਨੂੰ ਗਈ ਆ ਕੇ ਗਈ ਤੀ ਦਮਨ ਅੱਜ ਕਹਿ ਹੋ ਗਈ ਅਤੇ ਅੱਜ ਹਾਲ ਤੱਕ ਨਾ ਤਾਂ ਉਹਨੂੰ ਕੋਈ ਢਾਹੁਣ ਵਾਸਤੇ ਕੋਈ ਉਹਨੂੰ ਲੱਗਿਆ ਗਿਆ ਨਾ ਹੀ ਉਹਨੂੰ ਕੋਈ ਢਾਹ ਹੈਗਾ ਉਹ ਸਾਰੀ ਉਵੇਂ ਦੀ ਉਵੇਂ ਖੜੀ ਹੈ ਵੋਟਾਂ ਪਾਉਂਗੇ ਹੁਣ ਵੋਟਾਂ ਨਹੀਂ ਵੀਰੇ ਅਸੀਂ ਪਾਉਂਦੇ ਜਮੀ ਭੁੱਲ ਕੇ ਵੀ ਅਸੀਂ ਤਾਂ ਵੋਟਾਂ ਪਾ ਪਾ ਕੇ ਤੁਸੀਂ ਅੱਕ ਚੁੱਕਿਆ ਵੋਟਾਂ ਪਾ ਪਾ ਤਾਂ ਅਸੀਂ ਅੱਕ ਚੁੱਕਿਆ ਅਸੀਂ ਨਹੀਂ ਵੋਟਾਂ ਵੋਟਾਂ ਕਿਸੇ ਨੂੰ ਨਹੀਂ ਪਾਉਂਦੇ ਹੈਗੇ ਵੋਟਾਂ ਸਾਡਾ ਬਾਈਕਾਟ ਹੀ ਹੈ ਜਮੀ ਕਿਉਂਕਿ ਯਾਰ ਅਸੀਂ ਤਾਂ ਕਹਿੰਦੇ ਵੀ ਹੁਣ ਉੱਥੇ ਗੁਰਦੁਆਰੇ ਦੀ ਕਮੇਟੀ ਹੈ ਮੰਦਰ ਦੀ ਕਮੇਟੀ ਹੈ 2900 ਕਮੇਟੀ ਹੈ ਸਾਡੀ ਪੱਤੀ ਸਾਡੇ ਪਿੰਡ ਦੇ ਵਿੱਚ ਪੱਤੀ ਦੇ ਵਿੱਚ ਕਮੇਟੀ ਨੂੰ ਪੈਸੇ ਪਾ ਦੇ ਜੇ ਐਡੇ ਉਹ ਸੱਚੇ ਹੋਣ ਕਮੇਟੀ ਵਾਲੇ ਪੈਸੇ ਲਾ ਦੇਣਗੇ ਜਵਾਬ ਦੇ ਤਾਂ ਹੈਗੇ ਨੇ ਇਹਦੇ ਆਹ ਸਾਡੇ ਛੱਪੜ ਨੂੰ ਘੱਟੋ ਘੱਟ 2.25 ਕਰੋੜ ਰੁਪਈਆ ਆ ਗਿਆ 2.25 ਕਰੋੜ ਰੁਪਈਆ ਸਰਪੰਚ 5 ਸਾਲਾਂ ਬਾਅਦ ਬਦਲ ਜਾਂਦਾ ਨਾ ਕਿਸੇ ਨੇ RIT ਪਾਉਣੀ ਹੈ ਨਾ ਕਿਸੇ ਨੇ ਜਵਾਬ ਲੈਣਾ ਕਰੋੜਾਂ ਰੁਪਈਏ ਖਾ ਕੇ ਅਗਲਾ ਮੌਜ ਨਾਲ ਲੰਘ ਜਾਂਦਾ ਇੱਥੇ ਲੱਗਣਾ ਕਿਸੇ ਨਹੀਂ ਕਿਉਂਕਿ ਹੁਣ 5 ਸਾਲ ਹੁਣ ਮੂਹਰੇ ਸਰਪੰਚ ਬਣਨਗੇ ਉਹ ਫਿਰ ਆ ਟੋਬੇ ਵਾਸਤੇ ਮੰਗ ਲੈਣਗੇ ਫਿਰ ਆਜੂ ਕਰੋੜਾਂ ਰੁਪਈਆ ਉਹ ਖਾ ਕੇ ਫਿਰ ਲੰਘ ਜਾਣਗੇ ਕਿਉਂਕਿ ਲੱਗਣਾ ਤਾਂ ਹੈ ਹੀ ਨਹੀਂ ਉਹ ਪੈਸਾ ਵਿੱਚ ਕੀ ਨਾਮ ਹੈ ਬਾਈ ਮੇਰਾ ਨਾਮ ਰਜਿੰਦਰ ਸਿੰਘ ਹੈ ਰਜਿੰਦਰ ਵੀਰੇ ਅੱਜ ਤੁਸੀਂ ਇਕੱਠ ਕਰਿਆ ਕੀ ਕਰ ਰਹੇ ਹੋ ਵੀਰੇ ਮੈਂ ਤਾਂ ਆਪਣੇ ਪਿੰਡ ਦਾ ਵਿਕਾਸ ਦਿਖਾਉਣਾ ਗਾ ਵੀ ਜਿਹੜੀ ਆਪਣੇ ਵੀ ਮੰਨ ਲਾ ਆਪਣੇ ਪਾਰਕ ਬਣਨਾ ਇੱਥੇ ਕਾਂਗਰਸ ਸਰਕਾਰ ਕਹਿੰਦੀ ਹੈ ਵੀ ਤੁਹਾਡੇ ਪਾਰਕ ਨੂੰ ਆਏ ਬਾਰ ਸਾਡੇ ਮੈਂ ਤਾਂ ਮੈਨੂੰ ਸੁਣਦੇ ਨੂੰ 20 ਸਾਲ ਹੋ ਗਏ ਯਾਰ ਵੀ ਤੁਹਾਡੇ ਟੋਬੇ ਨੂੰ ਅੱਜ 3 ਲੱਖ ਆ ਗਿਆ ਤੁਹਾਨੂੰ 5 ਲੱਖ ਆ ਗਿਆ ਅੱਜ ਤੱਕ ਮੈਂ ਲੱਗਿਆ ਨਹੀਂ ਦੇਖਿਆ ਕਿਤੇ ਵੀ ਸਾਡੇ ਮੈਨੂੰ ਮੈਂ ਜਦੋਂ ਨਾ ਵੀ ਮਤਲਬ ਮੈਨੂੰ ਥੋੜ੍ਹਾ ਜਿਹਾ ਭੇਤ ਆਇਆ ਗਾ ਵੀ ਸਾਡੇ ਅਕਾਲੀਆਂ ਦੀ ਸਰਕਾਰ ਆਈ ਉਹਨਾਂ ਨੇ ਆਉਣ ਵੀ ਇੱਕੋ ਕੰਧ ਕੱਢੀ ਹੈ ਫਰੰਟ 'ਤੇ ਪਹਿਲੀ ਕੰਧ ਅਕਾਲੀਆਂ ਨੇ ਕੱਢੀ ਹੈ ਅਤੇ ਹੁਣ ਜਦੋਂ ਆਪਣੀ ਦੂਜੀ ਸਰਕਾਰ ਬਣਾ ਦੂਜਿਆਂ ਨੂੰ ਵੋਟ ਪਾਈ ਹੈ ਅਤੇ ਹੁਣ ਸਾਡੀ ਇਕੱਲੀ ਪਾਰਕ ਦੀ ਕੰਧ ਵੱਜੀ ਹੈ ਪਾਰਕ 'ਤੇ ਗਰਿੱਲਾਂ ਦੇਖ ਲਾ ਬਈ ਲੱਗੀਆਂ ਹੋਈਆਂ ਕਿੰਨੀਆਂ ਸੋਹਣੀਆਂ ਗਰਿੱਲਾਂ ਲਵਾਈਆਂ ਨੇਗੀਆਂ ਕੋਈ ਪਾਰਕ ਦੇ ਵਿੱਚ ਮਤਲਬ ਪੈਸੇ ਆ ਜਾਂਦੇ ਨੇ ਖਾ ਜਾਂਦੇ ਨੇ ਯਾਰ ਪਤਾ ਨਹੀਂ ਤਾਂ ਪਾਉਂਦੀ ਆ ਸਰਕਾਰ ਪਤਾ ਨਹੀਂ ਪਾਉਂਦੀ ਸਾਨੂੰ ਮੂਰਖ ਬਣਾਈ ਜਾਂਦੇ ਨੇ ਯਾਰ ਕਹਿਣ ਦਾ ਭਾਵ ਧਰਮਸ਼ਾਲਾ ਦੇ ਵਿੱਚ ਬਈ ਮੈਨੂੰ ਵੀ 45 ਸਾਲ ਹੋ ਗਏ ਯਾਰ ਉਹਨੂੰ ਬਣੀ ਨੂੰ ਲੋਕਾਂ ਨੇ ਫ੍ਰੀ ਦੀ ਮਿੱਟੀ ਪਵਾ ਦਿੱਤੀ ਇੱਕ ਸਾਡੇ ਪਿੰਡ ਦੇ ਨੇ ਬਈ ਫ੍ਰੀ ਦੀ ਮਿੱਟੀ ਪਵਾ ਦਿੱਤੀ ਆ ਕਿ ਸਾਈ ਬਣ ਜੂਗੀ ਤੁਹਾਡੀ ਵਧੀਆ ਸਾਈ ਬਣਾ ਦਾਂਗੇ ਆ ਜਾਂਦੇ ਨੇ ਚੈੱਕ ਦੇ ਜਾਂਦੇ ਨੇ ਪਤਾ ਨਹੀਂ ਚੈੱਕ ਹੁੰਦਾ ਬਸ ਪਤਾ ਨਹੀਂ ਹੁੰਦਾ ਕਹਿ ਰਹੇ 5 ਲੱਖ ਰੁਪਇਆ ਚੁੱਕੇ ਪੰਚਾਇਤ ਤਾਂ ਬਈ ਕਹੀ ਜਾਂਦੀ ਆ ਜੇ ਲਾਊਗੀ ਫੇਰ ਹੀ ਆ ਨਾ ਕਹੀ ਜਾਂਦੀ ਆ ਹਾੜੇ ਸਰਪੰਚ ਦੇ ਕੱਢੀਆਂ ਸਰਪੰਚ ਨਹੀਂ ਹੱਥ ਤਰ੍ਹਾਂ ਆਉਂਦਾ ਆਪਦੀ ਪੱਤੀ 'ਚ ਜਾ ਕੇ ਦੇਖ ਲਾ ਬਈ ਕਿੱਡੀ ਸੋਹਣੀ ਸਾਈ ਬਣਾ ਚੁੱਕੇ ਹੁਣ ਕੀ ਫੈਸਲਾ ਕਰਿਆ ਹੁਣ ਸਾਡਾ ਤਾਂ ਫੈਸਲਾ ਇਹ ਆ ਜੇ ਸਾਡਾ ਕੰਮ ਕਰੂਗਾ ਫੇਰ ਹੀ ਵੋਟ ਪਾਵਾਂਗੇ ਨਹੀਂ ਅਸੀਂ ਕਿਸੇ ਨੂੰ ਵੜਨ ਵੀ ਨਹੀਂ ਦੇਣਾ ਉਰੇ ਸਾਡਾ 6 ਕਿੱਲਿਆਂ 'ਚ ਟੋਭਾ ਸੀ ਗੱਲ ਦਿਖਾ ਕਿੱਥੇ 6 ਕਿੱਲੇ ਨੇ ਸਾਡੇ ਤਾਂ ਸਮਾਂ ਨਹੀਂ ਯਾਰ ਜਿਹੜੇ ਪੰਚ ਪਹੁੰਚ ਨੇ ਸਭ ਵਿੱਚ ਵਾਲੇ ਹੋਏ ਨੇ ਬਈ ਅਸੀਂ ਪਿਛਲੀ ਵਾਰ ਅਸੀਂ ਇੱਕ ਸਰਪੰਚ ਨੂੰ ਕਿਹਾ ਵੀ ਯਾਰ ਤੂੰ ਟੋਭਾ ਵੀ ਰਕਾਈ ਜਾਣਾ ਉਹ ਆਪ ਵਿੱਚ ਹੋ ਕੇ ਟੋਭਾ ਰਕਾਈ ਜਾਂਦਾ ਯਾਰ ਅਸੀਂ ਕਿਸੇ ਨੂੰ ਕੀ ਕਹਾਂਗੇ ਇੱਧਰ ਦੇਖ ਲਾ ਮੰਦਰ 'ਚ ਆਹ ਸ਼ੈੱਡ ਪਿਆ ਇਹ ਵੀ ਸਾਰਾ ਉਹਨਾਂ ਨੇ ਰਕਾਇਆ ਹੈਗਾ ਕਿਸੇ ਵੀ ਰਾਜਨੀਤਿਕ ਪਾਰਟੀ ਕਿਸੇ ਨੂੰ ਵੀ ਬਾਈ ਅਸੀਂ ਬਣਨ ਨਹੀਂ ਦੇਣਾ ਕਿਸੇ ਨੂੰ ਵੀ ਸਾਡਾ ਤਾਂ ਯਾਰ ਇਹਨਾਂ ਨੇ ਵਿਕਾਸ ਹੀ ਖਰਾਬ ਕਰਤਾ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਕੀ ਜਵਾਬ ਦੇਵਾਂਗੇ ਕੀ ਨਾਮ ਹੈ ਬੱਚੇ ਮੇਰਾ ਨਾਮ ਦਰਸ ਸਿੰਘ ਹੈ ਜੀ ਸਰਪੰਚ ਪਿੰਡ ਅਨਮੋਲ ਸਰਪੰਚ ਸਾਹਿਬ ਜਿਹੜਾ ਤੁਹਾਡੇ ਪਿੰਡ ਦੇ ਵਿੱਚ ਮੈਡਮ ਪੱਤੀ ਦੇ ਵਿੱਚ ਪਿੰਡ ਦੇ ਪੱਤੀ ਦੇ ਲੋਕਾਂ ਨੇ ਇਕੱਠ ਕਰਿਆ ਗਾ ਉਹਨਾਂ ਦਾ ਕਹਿਣਾ ਗਾ ਕਿ ਲੰਮੇ ਸਮੇਂ ਤੋਂ ਜਿਹੜਾ ਕਲਾਰਿਆਂ ਦੇ ਵਿੱਚ ਰੱਖਿਆ ਜਾ ਰਿਹਾ ਧਰਮਸ਼ਾਲਾ ਦਾ ਮਸਲਾ ਹੋਵੇ ਚਾਹੇ ਪਾਰਕ ਦਾ ਮਸਲਾ ਹੋਵੇ ਉਹ ਬਾਈਕਾਟ ਕਰ ਰਹੇ ਨੇਗੇ ਇਹਦੇ ਸੰਬੰਧ ਤੁਸੀਂ ਕੀ ਕਹਿਣਾ ਚਾਹੋਗੇ ਨਹੀਂ ਬਾਈਕਾਟ ਤੋਂ ਨਹੀਂ ਪੈਸੇ ਆਪਣੇ ਲਵੇ ਪੈਣੇ ਗ੍ਰਾਂਟ ਪਈ ਆਪਣੇ ਲਵੇ 15 ਵਿੱਤ ਕਮਿਸ਼ਨ ਦੀ ਕੁਛ ਪੰਜਾਬ ਅਰਮਾਨ ਦਾ ਪੈਸਾ ਆ ਗਿਆ ਆਪਣੇ ਲਵੇ ਮੰਨ ਲਓ ਹੁਣ ਇਹਨਾਂ ਨੇ ਚੋਣ ਜ਼ਾਬਤਾ ਲੱਗ ਗਿਆ ਆਪਾਂ ਦੇਖਦੇ ਵੀ ਜੇ ਚੋਣ ਜ਼ਾਬਤੇ ਤੋਂ ਬਾਅਦ 14 ਫਰਵਰੀ ਦੀਆਂ ਵੋਟਾਂ ਨੇ ਉਸ ਤੋਂ ਬਾਅਦ ਆਪਾਂ ਕੰਮ ਸਟਾਰਟ ਕਰਾਂਗੇ ਹੋ ਸਕਦਾ ਵੀ ਆਪਾਂ ਪਹਿਲਾਂ ਵੀ ਕਰਾ ਦਈਏ ਆਪਾਂ ਮਿਲਦੇ ਜਾ ਕੇ BDP ਨੂੰ ਜੇਈ ਸਾਹਿਬ ਨੂੰ ਜਾ ਕੇ ਮਿਲਾਂਗੇ ਸਾਡਾ ਹੋ ਸਕਦਾ ਵੋਟਾਂ ਤੋਂ ਪਹਿਲਾਂ ਕਰਾਉਣੀ ਚੋਣ ਜ਼ਾਬਤੇ ਤੋਂ ਬਾਅਦ 14 ਫਰਵਰੀ ਤੋਂ ਬਾਅਦ ਉਹ ਤਾਂ ਪੱਕਾ ਕਰਾਈ ਦੇਣੇ ਪੈਸੇ ਆਪਣੇ ਖਾਤੇ 'ਚ ਆਏ ਪਏ ਨੇਗੇ ਉਹਨਾਂ ਦਾ ਇਹੀ ਕਹਿਣਾ ਕਿ ਲੰਬੇ ਸਮੇਂ ਤੋਂ ਸਾਨੂੰ ਲਾਰੇ 'ਚ ਰੱਖਿਆ ਜਾ ਰਿਹਾ ਹਾਂ ਲਾਰੇ ਵਾਲੀ ਕੋਈ ਗੱਲ ਨਹੀਂ ਲਾਰੇ ਵਾਲੇ ਤਾਂ ਪਹਿਲਾਂ ਇਹ ਸੀਗੇ ਵੀ ਚੱਲ ਪੰਜਾਬ ਅਰਮਾਨ ਦੇ ਪੈਸੇ 'ਚੋਂ ਆਪਾਂ ਕੰਮ ਕਰਾਵਾਂਗੇ ਪਹਿਲਾਂ ਮੈਂ ਜੀ ਵੇਟ ਕਰਦਾ ਰਿਹਾ ਵੀ ਇਹ ਕਦੋਂ ਪੈਣਗੇ ਪਰ ਹੁਣੇ ਪੈਸੇ ਹੁਣ ਪਏ ਨੇ ਮੇਰੀ ਸਲਾਹ ਵੀ ਹੁਣ ਚਲਾ ਤਾਂ ਹੁਣ ਇਹ ਚੋਣ ਜ਼ਾਬਤਾ ਲੱਗ ਗਿਆ ਅਤੇ ਹੁਣ ਚੋਣ ਜ਼ਾਬਤਾ ਇਹਨੂੰ 14 ਫਰਵਰੀ ਤੋਂ ਬਾਅਦ ਪੱਕਾ ਕਰਾਉਂਦੇ ਹੋ ਸਕਦਾ ਪਹਿਲਾਂ ਕਰਾ ਦਈਏ ਉਹ ਕਹਿੰਦੇ ਪਿਛਲੇ 4.5-5 ਸਾਲ ਸਰਕਾਰ ਦੀ ਕਾਰਗੁਜ਼ਾਰੀ ਦੇ ਲੰਘ ਚੁੱਕੇ ਨੇਗੇ ਹੁਣ ਤੱਕ ਇਹ ਪੈਸਾ ਕਿਉਂ ਨਹੀਂ ਲੱਗਿਆ ਚੋਣ ਜ਼ਾਬਤੇ ਨੂੰ ਲੈ ਕੇ ਪਹਿਲਾਂ ਹੋਰ ਕੰਮ ਪਿੰਡ 'ਚ ਬਹੁਤ ਪੈ ਦੀ ਮੇਰੀ ਸਲਾਹ ਵੀ ਚੱਲ ਥੋੜ੍ਹਾ ਥੋੜ੍ਹਾ ਕਈ ਆਪਣੇ ਹੁਣ ਲਾਰੋ ਸਾਹਿਬ 4-5 ਥਾਈਆਂ ਨੇਗੀਆਂ ਇਕੱਲੀ ਇਕੱਲੀ ਥਾਈ ਦਾ ਸਾਰੀਆਂ ਥਾਈਆਂ ਦਾ ਕੰਮ ਨਿਬੇੜਦਾ ਇਕੱਲੀ ਮੇਨ ਇਹ ਰਹੇਗੀ ਹੁਣ ਜੋ ਵੀ ਪੈਸਾ ਆਊਗਾ ਆਪਾਂ ਇਹਨੂੰ ਵਧੀਆ ਬਣਾਵਾਂਗੇ ਹੁਣ ਇਕੱਲੀ ਇਹ ਰਹੀ ਬਾਕੀ ਸਾਰਿਆਂ ਦਾ ਨਿਬੜ
ਬਿਸਕਰੇਲ ਤਾਂ ਕੋਈ ਗੱਲ ਨਹੀਂ, ਆਪਾਂ ਕਿਹੜਾ ਉਹਨਾਂ ਨੂੰ ਕੋਈ ਉਹ ਕਰਿਆ ਵੀ ਆਪਾਂ ਦਿਲੋਂ ਬਣਾਊਂਗਾ ਮੈਨੂੰ ਮੇਰੇ, ਮੈਂ ਤਾਂ ਬਹੁਤ ਚਿਰ ਦਾ ਉਹਨੂੰ ਦੇਖਦਾ ਰਿਹਾ ਇਹਨੂੰ ਬਣਾ ਕੇ ਸੰਗਤ, ਮੇਰਾ ਤਾਂ ਆਪ ਨਾਂ ਸੁਣੂੰਗਾ ਪੱਤੀ ਦੇ ਵਿੱਚ ਵੀ ਹਾਂ ਵੀ ਉਹ ਬੰਦਾ ਬਣਾ ਕੇ ਗਿਆ ਸੀ ਵੀ ਅੱਜ ਤੱਕ 60-70 ਸਾਲ ਹੋ ਗਏ ਜਨਰਲ ਸਰਪੰਚ ਕਿਸੇ ਨੂੰ ਬਣੇ ਨੂੰ ਉਹਨਾਂ ਤੋਂ ਨਹੀਂ ਬਣੀ ਵੀ 81 ਸਰਪੰਚ ਉਹ ਬਣਾ ਗਏ ਸਾਨੂੰ ਕਦੇ ਮੇਰਾ ਨਾਂ ਉੱਚਾਊਗਾ ਮੈਂ ਬਣਾਊਂਗਾ ਉਹਨੂੰ ਪੱਕਾ। ਇਹ ਹੋ ਸਕਦਾ ਵੀ ਅੱਜ ਵੋਟਾਂ ਤੋਂ ਪਹਿਲਾਂ ਮੈਂ ਜਦੋਂ 14 ਫਰਵਰੀ ਤੋਂ ਵੋਟ ਪੈ ਗਏ ਹੋਰ ਕੰਮ ਨਹੀਂ ਚਾਹੁੰਦਾ, ਸਭ ਤੋਂ ਪਹਿਲਾਂ ਇਹ ਕਰੂੰਗਾ ਮੈਂ। अपनी इच्छा के अनुसार हाँ या ना का चुनना होगा। बाहर निकलने के लिए बाहर निकले दबाएं और अगर ये एक मोटराइज्ड कार स्लॉट है